ਇਹਦੇ ਆ ਪਾਰਕਿੰਗ ਵਾਲੀ ਜਗ੍ਹਾ ਇਹ, ਇੱਥੇ ਗੱਡੀਆਂ ਖੜੀਆਂ ਕਰਦੇ ਹਾਂਗੇ। ਨਦੀ ਸਾਰੀ ਉਹਦੇ ਉੱਪਰ ਦੀ ਹੋਈ ਪਈ ਕਿ ਗੱਡੀ ਪਤਾ ਨਹੀਂ ਕਿਹਦੀ ਆ, ਵਿਚਾਰਾ ਕੌਣ ਖੜੀ ਕਰਕੇ ਗਿਆ, ਸ਼ਾਇਦ ਬੱਚੇ ਜਾਂ ਨਾ, ਕੋਈ ਆਈਡੀਆ ਨਹੀਂ। ਬਹੁਤ ਜ਼ਿਆਦਾ ਪਾਣੀ ਆ ਗਿਆ, ਦਿਨ ਰਾਤ ਲਗਾਤਾਰ ਮੀਂਹ ਪੈ ਰਿਹਾ, ਪਾਣੀ ਦੇਖ ਕੇ ਡਰ ਲੱਗ ਰਿਹਾ ਬਈ, ਬਹੁਤ ਡਰਾਵਣਾ ਸੀ ਨਾ।